ਪੰਜਾਬ ਦੇ ਲੋਕ ਨਸ਼ਿਆਂ ਖਿਲਾਫ ਡਟ ਕੇ ਖੜਨ, ਸੰਤ ਸੀਚੇਵਾਲ ਦੀ ਅਪੀਲ। ਪੰਜਾਬ ਵਿੱਚ ਨਸ਼ਿਆਂ ਕਾਰਨ ਲਗਾਤਾਰ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਤੋਂ ਬਾਅਦ ਸੋਸ਼ਲ ਮੀਡੀਆ ਤੇ ਸ਼ੁਰੂ ਹੋਈ ਮਰੋ ਜਾਂ ਵਿਰੋਧ ਕਰੋ ਮੁਹਿੰਮ ਦੇ ਤਹਿਤ ਲੋਕ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ, ਜਿਸ ਦੇ ਚਲਦਿਆਂ ਸੁਲਤਾਨਪੁਰ ਲੋਧੀ ਵਿੱਚ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ ਇਸ ਦਾ ਵਿਰੋਧ ਕੀਤਾ। ਇਸ ਮੌਕੇ ਸੰਤ ਸੀਚੇਵਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਨਸ਼ੇ ਦੇ ਖਿਲਾਫ ਡਟ ਕੇ ਖੜਨ ਤਾਂ ਜੋ ਸਰਕਾਰ ਦੀਆਂ ਅੱਖਾਂ ਖੁੱਲ ਸਕਣ ਅਤੇ ਪੰਜਾਬ ਦੀ ਜਵਾਨੀ ਬਰਬਾਦ ਹੋਣ ਤੋਂ ਬਚ ਸਕੇ। ਇਹ ਬਹੁਤ ਵੱਡਾ ਨੁਕਸਾਨ ਸਾਡੇ ਨੌਜਵਾਨਾਂ ਦਾ ਹੋ ਰਿਹਾ ਕਿ ਲਗਾਤਾਰ ਮੌਤਾਂ ਹੋ ਰਹੀਆਂ ਨਸ਼ੇ ਦੇ ਨਾਲ। ਸੋ ਉਹਦੇ ਵਾਸਤੇ ਅਜੇ ਅਸੀਂ ਸੀਚੇਵਾਲ ਦੇ ਵਿੱਚ ਵੀ ਜਾਗਰੂਕਤਾ ਰੈਲੀ ਕੀਤੀ ਕਿ ਸਾਰੇ ਸਮਾਜ ਜਿਹੜਾ ਹੈ ਇਸ ਨਸ਼ਿਆਂ ਦਾ ਵਿਰੋਧ ਕਰੇ ਅਤੇ ਜਿਹੜੇ ਬੱਚੇ ਇਸ ਪਾਸੇ ਲੱਗ ਚੁੱਕੇ ਆ ਉਹਨਾਂ ਦਾ ਇਲਾਜ ਕਰਾਇਆ ਜਾਵੇ, ਉਹਨਾਂ ਦੇ ਨਾਲ ਹਮਦਰਦੀ ਦਿਖਾ ਕੇ ਉਹਨਾਂ ਪਰਿਵਾਰਾਂ ਨੂੰ ਵੀ ਜਿਹੜੇ ਉਥਲ ਪੁਥਲ ਹੋ ਚੁੱਕੇ ਆ ਉਹ ਜਿਹੜੇ ਹੈ ਉਹਨਾਂ ਦੇ ਬੱਚੇ ਘਰ ਆ ਸਕਣ, ਉਹ ਨਸ਼ਿਆਂ ਤੋਂ ਛੁਟਕਾਰਾ ਪਾ ਸਕਣ ਅਤੇ ਉਹਦੇ ਵਾਸਤੇ ਸਰਕਾਰਾਂ ਨੂੰ ਦੇ ਉੱਤੇ ਪ੍ਰੈਸ਼ਰ ਬਣ ਸਕੇ ਔਰ ਸਮਾਜ ਜਿਹੜਾ ਹੈਗਾ ਸਹਿਯੋਗ ਦੇਵੇ ਅਤੇ ਤਾਂ ਹੀ ਜਿਹੜੇ ਹੈ ਨਸ਼ਿਆਂ ਤੋਂ ਛੁਟਕਾਰਾ ਮਿਲ ਸਕਦਾ। ਉਹਦੇ ਵਾਸਤੇ ਸੀਚੇਵਾਲ ਦੇ ਵਿੱਚ ਵੀ ਅਜੇ ਰੈਲੀ ਕੀਤੀ ਗਈ, ਲੋਹੀਆਂ ਦੇ ਵਿੱਚ ਵੀ ਅਤੇ ਅੱਜ ਸੁਲਤਾਨਪੁਰ ਵੀ ਵੱਖ ਵੱਖ ਥਾਵਾਂ ਦੇ ਉੱਤੇ ਇਹ ਜਾਗਰੂਕਤਾ ਹੋ ਰਹੀ ਹੈ। ਸੋ ਜਿੰਨਾ ਚਿਰ ਸਮਾਜ ਨਹੀਂ ਜਾਗਦਾ ਉਹਨਾਂ ਚਿਰ ਇਹ ਸਾਰਾ ਕੁਛ ਬੰਦ ਨਹੀਂ ਹੋ ਸਕਦਾ। ਸਾਨੂੰ ਜਿਹੜੇ ਸਾਇਲੈਂਸ ਬੈਠੇ ਆ, ਚੁੱਪ ਬੈਠਾ ਸਮਾਜ ਆ, ਉਹਨਾਂ ਨੂੰ ਉਹਨਾਂ ਦਾ ਸਾਥ ਵੀ ਦੇਣਾ ਚਾਹੀਦਾ, ਜਿਹੜੇ ਜਿਨ੍ਹਾਂ ਨੂੰ ਹੈਲਪ ਦੀ ਲੋੜ ਆ ਅਤੇ ਉਹਨਾਂ ਦੇ ਨਾਲ ਖੜਨਾ ਚਾਹੀਦਾ ਅਤੇ ਜਿਹੜੇ ਤਸਕਰ ਲੋਕ ਆ ਇਹਦਾ ਵਪਾਰ ਕਰਦੇ ਆ ਇਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ।